ਆਸਟ੍ਰੇਲੀਆ ਦੇ ਵਿੱਚ ਇਹਦੇ ਕੋਲੇ ਵੀਜ਼ਾ ਹੈਗਾ ਸਟੂਡੈਂਟ ਵੀਜ਼ਾ ਹੈਗਾ 23 ਤੱਕ ਦਾ 23 ਤੱਕ ਦਾ ਹੀ ਹੈ ਨਾ ਬਈ ਤੇ 22 ਦੇ ਜਿਹੜੀ ਘਰੋਂ ਆ ਸਾਡੀ ਭਾਬੀ ਆ ਉਹ ਭਾਈ ਅਮਰੀਕਾ ਸਿਟੀ ਜਾਣਾ ਤੇ 22 ਇੱਥੇ ਟਰੈਕਟਰ ਦਾ ਕਿਰਾਇਆ ਵਹੁੰਦਾ ਫਿਰਦਾ ਯਾਰ ਮੈਂ ਸਮਝ ਨਹੀਂ ਆਈ ਵੀ ਗੱਲ ਗਈ ਕਿਹੜੇ ਪਾਸੇ ਬਈ ਉੱਥੇ ਸ਼ਿਫਟਾਂ ਲਾਉਂਦੇ ਆਏ ਆ ਉੱਥੇ ਕੋਈ ਬੇਬੇ ਦਾ ਬੈਠਣੀ ਜਿਹੜੀ ਰੋਟੀਆਂ ਵੀ ਸਿੱਧੀਆਂ ਹੀ ਦੇ ਦੋਗੇ ਆਪਾਂ ਨੂੰ ਤੇ 12 ਘੰਟੇ ਗੋਰਾ ਸਰ ਤੇ ਖੜਾ ਰਹਿੰਦਾ ਅੱਧੇ ਘੰਟੇ ਦੀ ਬ੍ਰੇਕ ਹੁੰਦੀ ਹੈ 15-15 ਮਿੰਟ ਦੀਆਂ ਦੋ ਚਾਹ ਦੀਆਂ ਬ੍ਰੇਕਾਂ ਹੁੰਦੀਆਂ ਇੱਥੇ ਤਾਂ ਜਦੋਂ ਜੀ ਕਰਦਾ ਦੁਬੱਟਾ ਛੱਡ ਕੇ ਮੱਜੇ ਤੇ ਪੈ ਜਾਣਾ ਵੀ ਚੱਲ ਯਾਰ ਘੰਟੇ ਨੂੰ ਕਰ ਲਾਂਗੇ ਜਿਵੇਂ ਆਪਾਂ ਜਮਣ ਥੱਲੇ ਬੈਠੇ ਆਪਾਂ ਜਮਣ ਥੱਲੇ ਬੈਠੇ ਜਿਹੜੀ ਦਿਲਚਸਪ ਗੱਲ ਜਿਹਦੇ ਲਈ ਅਸੀਂ ਆਏ ਆ ਉਹ ਆ ਵੀ ਇੱਧਰ ਆ ਕੇ ਵੀ ਨਹੀਂ ਬਾਈ ਤੂੰ ਇੱਕ ਦਿਨ ਟਿਕਿਆ ਹੈ ਨਾ ਵੀ ਕੀ ਤੂੰ ਪੈਰਾ ਥੱਲੇ ਤਰੇ ਗਿਆ ਰਿਹਾ ਐ ਤੂੰ ਟਿਕਦਾ ਹੀ ਨਹੀਂ ਐ ਦੁਪਹਿਰੇ ਜੇ ਪਿੰਡ ਵਾਲਿਆਂ ਨੇ ਤਾਂ ਤੇਰੇ ਨਾਲ ਇਹ ਵੀ ਗੱਲ ਕਰੀ ਹੋਣੀ ਆ ਉਹ ਬਥੇਰੀਆਂ ਪੰਡਾ ਬਾਹਰ ਬਾਲ ਲੀਆਂ ਹੁਣ ਤੂੰ ਇੱਧਰ ਬੰਨੀ ਜਾਣਾ ਕਿ ਟਿਕ ਜਾ ਭਰਾਵਾ ਦੇਖ ਬਾਈ ਦੁਨੀਆ ਦੇ ਦੋਨੇ ਪਾਸੇ ਦੰਦੇ ਆ ਜੇ ਹੁਣ ਗੱਡੀ ਚ ਲੰਘ ਜੇ ਅਣਕਾਂ ਲਾ ਕੇ ਤਾਂ ਕਹਿਣਗੇ ਵੀ ਬਾਹਰੋਂ ਆਇਆ ਇਹਨੂੰ ਕਿਹੜਾ ਕੋਈ ਹੈਗਾ ਇੱਥੇ ਹੁਣ ਜਦੋਂ ਟੋਪ ਵੇਂਦੇ ਸੀ ਵੀ ਫਰਾਨੇ ਨੇ ਟਰੈਕਟਰ ਤੇ ਲੱਖ ਲਾਦਾ ਸੀ ਫਰਾਨੇ ਨੇ 2 ਲੱਖ ਲਾਦਾ ਸੀ ਤੇ ਉਹ ਚੱਲੀ ਗਿਆ ਮੈਂ ਸਾਰੋਂ ਪਤਾ ਕੀਤਾ ਵੀ ਸਵੱਦੀ ਗਲਾਂ ਅਸੀਂ ਨਾੜ ਗਰਾਂ ਤਿਆਰ ਕਰਦਾ ਉਹ 2 ਲੱਖ ਰੰਗ ਦੇ ਮੰਗ ਕੇ ਬਹਿ ਗਿਆ ਠੀਕ ਹੈ ਨਾ 1.5 ਲੱਖ ਕੋਈ 3 ਲੱਖ ਮੰਗੀ ਜਾਂਦਾ ਅਸੀਂ ਚੁੱਪ ਕਰ ਗਿਆ ਵੀ ਮੱਢ ਲੈ ਫਿਰ ਤਾਂ ਫਿਰ ਇੰਨੇ ਪੈਸੇ ਕਾਹਨੂੰ ਦੇਣੇ ਐਡਾ ਤਾਂ ਨਹੀਂ ਤੇ ਆਪ ਕਿੰਨੇ ਚ ਹੋ ਗਿਆ ਆਪ ਤਾਂ ਸਾਡਾ 30000 ਰੁਪਏ ਲੱਗਿਆ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਜ਼ਿੰਦਗੀ ਬੜੀ ਅਜੀਬ ਚੀਜ਼ ਆ ਕਿੱਥੋਂ ਚੱਕ ਕੇ ਕਿੱਥੇ ਲੈ ਜਾਂਦੀ ਆ ਤੇ ਕੀ ਕੋਸ਼ਿਸ਼ ਦਿਖਾਉਂਦੀ ਆ ਇਹਦੀਆਂ ਖੇਡਾਂ ਇਹੀ ਜਾਣੇ ਇਸ ਸਮੇਂ ਸ਼ਾਰਟਸ ਦੇ ਵਿੱਚ ਜੋ ਚੀਜ਼ਾਂ ਤੁਸੀਂ ਦੇਖ ਰਹੇ ਹੋ ਇੱਕ ਮਸ਼ੀਨ ਮੱਕੀ ਵਾਲੀ ਮਸ਼ੀਨ ਆ ਇਹ ਜਿਹੜੇ ਬਾਈ ਦੀ ਆ ਉਹ ਬਾਈ ਮੇਰੇ ਨਾਲ ਬੈਠਾ ਬਾਈ ਆਸਟ੍ਰੇਲੀਆ ਦੇ ਵਿੱਚ ਇਹਦੇ ਕੋਲੇ ਵੀਜ਼ਾ ਹੈਗਾ ਸਟੂਡੈਂਟ ਵੀਜ਼ਾ ਹੈਗਾ 23 ਤੱਕ ਦਾ 23 ਤੱਕ ਦਾ ਹੀ ਹੈ ਨਾ ਬਾਈ ਤੇ ਬਾਈ ਦੀ ਜਿਹੜੀ ਘਰੋਂ ਆ ਸਾਡੀ ਭਾਬੀ ਆ ਉਹ ਭਾਈ ਅਮਰੀਕਾ ਸਿਟੀ ਜਾਣਾ ਤੇ ਬਾਈ ਇੱਥੇ ਟਰੈਕਟਰ ਦਾ ਕਿਰਾਇਆ ਵਾਹੁੰਦਾ ਫਿਰਦਾ ਯਾਰ ਮੈਂ ਸਮਝ ਨਹੀਂ ਆਈ ਵੀ ਗੱਲ ਗਈ ਕਿਹੜੇ ਪਾਸੇ ਆ ਮੈਨੂੰ ਵੀ ਨਹੀਂ ਵੈਸੇ ਤਾਂ ਪਤਾ ਹੀ ਨਹੀਂ ਲੱਗਣਾ ਸੀ ਥੋੜਾ ਭਪਿੰਦਰ ਬਾਈ ਨੇ ਦੱਸਿਆ ਕਹਿੰਦੇ ਵੀ ਇੱਕ ਬੰਦਾ ਹੈਗਾ ਯਾਰ ਇਹ ਜ ਆ ਆ ਕੁਛ ਕਰਦਾ ਫਿਰਦਾ ਇਹ ਬਾਈ ਬਾਹਰਲੇ ਪਾਸੇੋਂ ਜਾ ਕੇ ਹਨਾ ਉੱਥੇ ਆ ਮੁਲਕਾਂ ਦੇ ਵਿੱਚ ਜਾ ਕੇ ਘਰ ਵਾਲੀ ਵੀ ਬਾਹਰ ਸੈਟ ਆ ਇੱਥੇ ਤਾਂ ਕਈ ਪਤੰਦਰਾ ਦਾ ਹਾਲ ਆ ਵੀ ਉਹ ਜਦੋਂ ਕੁੜੀ ਦੇ ਬੈਂਡ ਜਾਇਏ ਹੁੰਦੇ ਹਨਾ ਉਹਨਾਂ ਨੂੰ ਪਤਾ ਲੱਗ ਜੇ ਵਿਆਹ ਜਿੱਦਾਂ ਮਤਲਬ ਮੰਗਣਾ ਹੋ ਗਿਆ ਉਹਦੇ ਕੰਮ ਛੱਡ ਦਿੰਦੇ ਆ ਤੂੰ ਆਪ ਵੀ ਗਿਆ ਬਾਹਰ ਠੀਕ ਆ ਵਧੀਆ ਤੇਰਾ ਤੇ ਇੱਧਰ ਵੀ ਵਿਆਹ ਵੀ ਹੋ ਗਿਆ ਤੇ ਕੰਮ ਕਰਦਾ ਫਿਰਦਾ ਕੀ ਗੱਲ ਆ ਬਈ ਸਭ ਤੋਂ ਵੱਡੀ ਗੱਲ ਤਾਂ ਵੀਰੇ ਹਾਸੀ ਗਾਲਾ ਭਵਿੰਦਰ ਬਾਈ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਦੀ ਬਦੌਲਤ ਆਪਣਾ ਮੇਲ ਹੋਇਆ ਜਿਹੜੀ ਰਹਿ ਗਈ ਗੱਲ ਕੰਮ ਦੀ ਬਈ ਉੱਥੇ ਸ਼ਿਫਟਾਂ ਲਾਉਂਦੇ ਆਏ ਆ ਉੱਥੇ ਕੋਈ ਬੇਬੇ ਦਾ ਬੈਠੇ ਨੇ ਜਿਹੜੀ ਰੋਟੀਆਂ ਵੀ ਸਿੱਧੀਆਂ ਹੀ ਦੇ ਦੂਗੀ ਆਪਾਂ ਨੂੰ ਤੇ 12 ਘੰਟੇ ਗੋਰਾ ਸਿਰ ਤੇ ਖੜਾ ਰਹਿੰਦਾ ਅੱਧੇ ਘੰਟੇ ਦੀ ਬ੍ਰੇਕ ਹੁੰਦੀ ਹੈ 15-15 ਮਿੰਟ ਦੀਆਂ ਦੋ ਚਾਹ ਦੀਆਂ ਬ੍ਰੇਕਾਂ ਹੁੰਦੀਆਂ ਇੱਥੇ ਤਾਂ ਜਦੋਂ ਜੀਕਰ ਦਾ ਦੁਬੱਟਾ ਸੱਟ ਕੇ ਮੰਜੇ ਤੇ ਪੈ ਜਾਣਾ ਵੀ ਚੱਲ ਯਾਰ ਕੰਟੀਨਿਊ ਕਰ ਲਾਂਗੇ ਅੱਜ ਜਿਵੇਂ ਆਪਾਂ ਜੰਮਣ ਥੱਲੇ ਬੈਠੇ ਆਪਾਂ ਜੰਮਣ ਥੱਲੇ ਬੈਠੇ ਨੇ ਠੀਕ ਹੈ ਨਾ ਤੇ ਫਿਰ ਉਹ ਚੀਜ਼ ਹੈ ਹੁਣ ਸਰੀਰ ਨੂੰ ਉੱਥੇ ਤਾਂ ਰੱਖਣੇ ਹੀ ਰੱਖਣਾ ਜਿਹੜੀ ਜੇ ਇਹ ਚਾਲ ਚੱਲੀ ਜਾਂਦਾ ਜੇ ਹੁਣ ਇੱਥੇ ਆ ਕੇ ਫਿਰ ਤਾਂ 9 ਮਹੀਨੇ 4 ਮਹੀਨੇ ਵੇਲੇ ਰਹ ਫੇਰ ਇਹ ਵੀ ਕਿਚੋਂ ਦੇ ਜਦੋਂ ਟਾਈਮ ਲੱਗਣਾ ਉਹਨੂੰ ਫੇਰ ਮੈਡਮ ਨੇ ਫੇਰ ਜੁੰਡੇ ਪਟਣਾ ਵੀ ਭਾਈ ਤੂੰ ਤਾਂ ਫੇਰ ਕਿਸੇ ਕੰਮ ਦਾ ਨਹੀਂ ਰਹੇਗਾ। ਅੱਛਾ ਮੈਂ ਵੈਸੇ ਤਾਂ ਇਹ ਸਿਖਾਇਆ ਜਾਂਦਾ ਕਿਤਾਬਾਂ 'ਚ ਜਿਹੜੀਆਂ ਅਸੀਂ ਜਦੋਂ ਡਿਗਰੀ ਜੀ ਕਰੀ ਸੀ ਪੜ੍ਹੀ ਸੀ। ਹਾਂਜੀ ਹਾਂਜੀ। ਵੀ ਪਹਿਲਾਂ ਨਾਂ ਪੁੱਛੋ ਅਗਲੇ ਦਾ। ਪਰ ਮੈਂ ਪਹਿਲਾਂ ਠਾਹ ਪੜਾ ਕਾ ਵੀ ਜਿਹੜੀ ਗੱਲ ਸੀ ਉੱਥੀ ਆ ਗਿਆ। ਇੱਕ ਵਾਰੀ ਚਲੋ ਆਪ ਦਾ ਨਾਂ ਤੇ ਪਿੰਡ ਜ਼ਰੂਰ ਦੱਸੋ। ਮੇਰਾ ਨਾਂ ਮੇਰੇ ਬਲਜਿੰਦਰ ਸਿੰਘ ਤੇ ਪਿੰਡ ਮੇਰਾ ਰਾਮੂ ਵਾਲਾ ਜਿਹੜਾ ਬਠੰਡਾ ਪੈਂਦਾ ਸਾਨੂੰ। ਏ ਮੋਗਾ ਵੈਸੇ ਸਾਡਾ ਮੋਗਾ ਜਿਹੜੇ ਮੋਗਾਸ ਆ ਰਿਹਾ ਜਾਂਦਾ ਸਾਨੂੰ ਅੱਛਾ ਜਿਹੜਾ ਤੁਹਾਨੂੰ ਮੋਗਾ ਪੈਂਦਾ ਬਾਈ ਨਹੀਂ ਬਠਿੰਡਾ ਪੈਂਦਾ ਬਠਿੰਡਾ ਪੈਂਦਾ ਅੱਛਾ ਅੱਛਾ ਤੇ ਤੁਸੀਂ ਬਾਈ ਆਸਟ੍ਰੇਲੀਆ ਗਏ ਹੈਗੇ ਆ ਆਸਟ੍ਰੇਲੀਆ ਇਸ ਟਾਈਮ ਮੇਰੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੈਗਾ 2023 ਤੱਕ ਦਾ ਅੱਛਾ 2023 ਤੱਕ ਤੁਹਾਡੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਹੈ ਜੀ ਹਾਂ ਜੀ ਕਦੋਂ ਗਏ ਸੀ ਬਾਈ ਮੈਂ 1 11 ਨਵੰਬਰ 2014 ਨੂੰ ਗਿਆ ਸੀ ਉੱਥੇ ਤੇ ਉੱਥੇ ਮੈਂ ਸਟੂਡੈਂਟ ਵੀਜ਼ੇ ਦੇ ਸੀ ਇਸ ਟਾਈਮ ਤੇ ਕੰਮ ਤਾਂ ਤੁਹਾਨੂੰ ਪਤਾ ਹੀ ਹੈ ਜਿਹੜੇ ਕਰਦੇ ਆ ਆਪਾਂ ਉੱਥੇ ਤੇ ਮੈਂ ਇੱਕ ਸਟਰਕਚਰ ਸਟੀਲ ਕੰਪਨੀ 'ਚ ਕੰਮ ਕਰਦਾ ਸੀ ਤੇ ਐਜ਼ ਅ ਵੈਲਡਰ ਕੰਮ ਕਰਦਾ ਸੀ ਕ੍ਰੇਨ ਆਪਰੇਟਰ ਸਾਈਟ ਇਨਸਟਾਲਰ ਸਾਰੇ ਜਿਹੜੇ ਕੰਮ ਸੀ ਉਹ ਮੇਰੇ ਕੋਲੇ ਸੀ ਉੱਥੇ ਕਿੰਨੇ ਘੰਟੇ ਕੰਮ ਸੀ ਬਾਈ ਕੰਮ ਵੀਰੇ ਸਾਡਾ ਜਾਣ ਦਾ ਟਾਈਮ ਹੁੰਦਾ ਸੀ ਵੀਰੇ 5 ਵਜੇ ਦਾ ਆਉਣ ਦਾ ਸਾਡਾ ਕੋਈ ਟਾਈਮ ਨਹੀਂ ਹੁੰਦਾ ਸੀ ਆਉਣ ਦਾ ਕੰਮ ਦੇ ਹਿਸਾਬ ਨਾਲ ਹਨਾ ਚਲੋ ਜਦੋਂ ਬਾਹਰ ਜਾਂਦਾ ਬੰਦਾ ਕੰਮ ਤਾਂ ਕਰਨਾ ਹੀ ਆ ਬਾਈ ਹਨਾ ਪਰ ਜਿਹੜੀ ਦਿਲਚਸਪ ਗੱਲ ਜਿਹਦੇ ਲਈ ਅਸੀਂ ਆਏ ਆ ਉਹ ਆ ਵੀ ਇੱਧਰ ਆ ਕੇ ਵੀ ਨਹੀਂ ਬਾਈ ਤੂੰ ਇੱਕ ਦਿਨ ਟਿਕਿਆ ਹਨਾ ਵੀ ਕੀ ਤੂੰ ਪੈਰਾਂ ਥੱਲੇ ਤਰੇngਿਆ ਰਿਆ ਐ ਤੂੰ ਟਿਕਦਾ ਹੀ ਨਹੀਂ ਐ ਦੁਪਹਿਰੇ ਜੇ ਪਿੰਡ ਵਾਲਿਆਂ ਨੇ ਤਾਂ ਤੇਰੇ ਨਾਲ ਇਹ ਵੀ ਗੱਲ ਕਰੀ ਹੋਣੀ ਆ ਉਹ ਬਥੇਰੀਆਂ ਪੰਡਾਂ ਬਾਹਰ ਬਣ ਲੀਆਂ ਹੁਣ ਤੂੰ ਇੱਧਰ ਬੰਨੀ ਜਾ ਨਾ ਕਿ ਟਿਕ ਜਾ ਭਰਾਵਾ ਦੇਖ ਬਾਈ ਦੁਨੀਆ ਤੇ ਦੋਨੇ ਪਾਸੇ ਦੰਦੇ ਆ ਜੇ ਹੁਣ ਗੱਡੀ ਚ ਲੰਘ ਜੇ ਅਣਕਾਂ ਲਾ ਕੇ ਤਾਂ ਕਹਿਣਗੇ ਵੀ ਬਾਹਰੋਂ ਆਇਆ ਇਹਨੂੰ ਕਿਹੜਾ ਕੋਈ ਹੈਗਾ ਤੇ ਜੇ ਹੁਣ ਕੰਮ ਕਰਦੇ ਫਿਰਦੇ ਆ ਨਾ ਇਹ ਤਾਂ ਮਾਪੇ ਖੁਸ਼ ਆ ਨਾਲੇ ਆਪ ਦੀ ਰੂਹ ਖੁਸ਼ ਆ ਇਹਨਾਂ ਚੀਜ਼ਾਂ ਨਾਲ ਹੀ ਮੋਹ ਆ ਇਥੋਂ ਪਹਿਲਾਂ ਪਲੱਸ 2 ਤੋਂ ਪਾਪੇ ਦੇ ਐਕਸੀਡੈਂਟ ਹੋ ਗਿਆ ਸੀਗਾ। ਅੱਛਾ। ਉਹਨੂੰ ਪਲੱਸ 2 ਤੋਂ ਲੈ ਕੇ ਖੇਤੀ ਕਰਦੇ ਸੀਗੇ। ਹੱਥ ਟੁੱਟ ਗਏ ਸੀ ਉਹਨਾਂ ਦੇ ਬਾਪੂ ਦੇ ਨਾਲ ਲੱਗੇ ਹੋਏ ਸੀਗੇ। ਇਹਨਾਂ ਚੀਜ਼ਾਂ ਨਾਲ ਹੀ ਮੋਹ ਆ ਤੇ ਬਾਹਰ ਵੀ ਆਪਣਾ ਖੇਤੀ ਬਾਹਰ ਵੀ ਨਹੀਂ ਛੱਡੀ ਸੀ ਜਾ ਕੇ। ਉੱਥੇ ਵੀ ਚੱਲਦਾ ਸੀ ਕੰਮ। ਤੇ ਇੱਕ ਮੈਨੂੰ ਇਹ ਦੱਸਿਓ ਵੀ ਬਾਈ ਵੀ ਤੁਸੀਂ ਵਾਪਸ ਹੁਣ ਕਦੋਂ ਆਏ ਹੋ ਇੰਡੀਆ 'ਚ? ਮੈਂ ਵੀਰੇ ਜਨਵਰੀ 2021 'ਚ ਵਾਪਸ ਆਇਆ। ਬਾਬ ਸਾਂ ਹੂੰ ਤੇ ਜਦੋਂ ਇੱਧਰ ਆਏ ਉਹ ਤੋਂ ਬਾਅਦ ਆਸਟ੍ਰੇਲੀਆ 'ਚ ਫਿਰ ਉਹਨਾਂ ਨੇ ਬੰਦ ਕਰਤੀ ਹਨਾ ਐਂਟਰੀ ਜੀ ਬੰਦ ਫਿਰ ਲੋਕਡਾਊਨ ਲੱਗਾ ਸੀ ਪਹਿਲਾਂ ਆਪਾਂ ਕੰਟੈਕਟ ਕਨੈਕਟ ਕਰਕੇ ਜਿਵੇਂ ਵੀ ਸਿੰਗਾਪੁਰ ਜਾਂ ਹਾਂਗਕਾਂਗ ਸਟੇ ਕਰਕੇ ਫਿਰ ਐਂਟਰੀ ਕਰ ਸਕਦੇ ਸੀ ਪਰ ਉਹ ਆਪਣੇ ਵਾਲੇ ਪਤਾ ਨਾ ਜਗਾੜ ਲਾ ਲੈਂਦੇ ਆ ਵੀ ਝੂਠੀਆਂ ਰਪਟਾਂ ਜੀਆਂ ਹੋਰ ਰਿਪੋਰਟਾਂ ਬਣਾ ਕੇ ਦੇ ਦੀਆਂ ਤੇ ਫਿਰ ਉਹ ਕਰੋਨਾ ਦਾ ਜਾਦਾ ਚੈੱਕਰ ਕਰਕੇ ਫਿਰ ਉਹਨਾਂ ਨੇ ਸਿੱਧੀ ਐਂਟਰੀ ਸਾਰੀ ਬੰਦ ਕਰਤੀਆਂ अच्छा ਤੇ ਫਿਰ ਤੁਸੀਂ ਹੁਣ ਜਦੋਂ ਇਹ ਆਏ ਹੋ ਤੁਸੀਂ ਮਹੀਨਾ ਦੋ ਮਹੀਨੇ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਹੁਣ ਜਾਣਾ ਜਿਹੜਾ ਬਾਹਰ ਆ ਉੱਥੇ ਔਖਾਗਾ ਜਦੋਂ ਖੁੱਲੂਗਾ ਪੂਰੀ ਤਰ੍ਹਾਂ ਹੀ ਖੁੱਲੂਗਾ ਫਿਰ ਆਸਟ੍ਰੇਲੀਆ ਆਪਾਂ ਉੱਦੀ ਜਾ ਸਕਾਂਗੇ ਹਨਾ ਤੇ ਫਿਰ ਸਭ ਤੋਂ ਪਹਿਲਾ ਕੰਮ ਕੀ ਵਿੱਢਿਆ ਬਾਈ ਬਾਈ ਬਸ ਜਦੋਂ ਪਹਿਲਾ ਮੇਰਾ ਮੈਰਿਜ ਹੋਈ ਹੈ ਮੈਰਿਜ ਤੋਂ ਬਾਅਦ ਫਿਰ ਮੈਡਮ ਚਲੀ ਗਈ ਅਮਰੀਕਾ ਉਸ ਦਿਨ ਯਾਰ ਵਿਲੇ ਸੀ ਬਾਈ ਅਰ ਗਿਆਨੇ ਬਠੇਰੀਆਂ ਗਾਲਾਂ ਕੱਢੀਆਂ ਭਵਿੰਦਰ ਸਿੰਘ ਅਰ ਗਿਆਨੇ ਵੀ ਕਿਤੇ ਮੈਲੀ ਜਾ ਅਸੀਂ ਟਰੈਕਟਰ ਖੜੇ ਸੀ ਪੁਰਾਣਾ ਬਾਪੂ ਦਾ 86 ਮਾਡਲ 911 ਖੜਾ ਸੀ ਤੇ ਉਹਨੂੰ ਡੀਆਈ ਪਹਿਲਾਂ ਹੀ ਕਰਵਾ ਲਿਆ ਸੀਗਾ ਮੈਂ ਜਦੋਂ ਇੱਧਰ ਸੀਗਾ ਤੇ ਉਦੋਂ ਫਿਰ ਪਾਵਰ ਬੂਪਰ ਕਰਵਾਇਆ ਸਾਰਾ ਕਰਵਾ ਕੇ ਉਹਦਾ ਕੰਮ ਕਰਤੇ ਫਿਰ ਉਹਨੂੰ ਖੋਲ ਲਿਆ ਪੇਂਟ ਕਰ ਲਿਆ ਇੱਕ ਉਹਦਾ ਨਿੱਕਾ ਭਾਈ ਸੀ ਐਚਐਮਡੀ ਦਾ 352 ਨਾਲ ਹੀ ਫਿਰ ਅਸੀਂ ਕਹੇ ਵੀ ਇਹਨੂੰ ਕਹਨੂੰ ਨਰਾਜ਼ ਕਰਨਾ ਨਾਲ ਹੀ ਉਹਨੂੰ ਨੰਗਾਤਾ ਫਿਰ ਆ ਫਿਰ ਹੋਰ ਅਗਲਾ ਕਹੇ ਵੀ ਕੋਰ ਇਹਨਾਂ ਨੇ ਗਾਣਿਆਂ ਤੋਂ ਪ੍ਰਭਾਵਤ ਹੋਊਗੀ 911 ਐ ਮੋਡੀਫਾਈ ਕਰ ਲਿਆ ਜੋ ਉਹ ਵੀ ਕਰਨਾ ਹੀ ਆ 3511 2511 ਸਾਰੇ ਇੱਕੋ ਜਿਹੇ ਪਿਆਰੀ ਆ ਭਰਾਵਾ ਜਿਹੜੇ ਨਾਲ ਕੇਰਾ ਤੂੰ ਖੇਚ ਦੇਲੇ ਗੇੜੇ ਹਾਂਜੀ 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 ਤੇ ਅੱਛਾ ਫਿਰ ਉਹਦਾ ਕੀ ਕੁਛ ਕਰਿਆ ਬਾਈ ਤੁਸੀਂ ਕੀ ਕੁਛ ਕਰਿਆ ਅਸੀਂ ਬਾਈ ਉਹਨੂੰ ਪੇਂਟ ਕੀਤਾ ਮੇਰੇ ਪਿੰਡ ਇੱਕ ਮੁੰਡਾ ਸੀਗਾ ਜਾਨੀ ਕਿ ਉਹਨੂੰ ਪੇਂਟ ਦਾ ਕੰਮ ਥੋੜਾ ਜਿਹਾ ਵੀ ਕਾਫੀ ਉਹ ਲਿਖਦਾ ਸੀਗਾ ਅੱਖਰ ਉਹਨੇ ਕਿਤੇ ਇਦਾਂ ਦਾ ਕੰਮ ਨਹੀਂ ਕਰਿਆ ਸੀ ਅੱਛਾ ਉਹ ਮੈਂ ਕਿਹਾ ਵੀ ਕਿੱਡੀ ਵੱਡੀ ਗੱਲ ਹੂੰ ਵੀ ਚਲ ਮੈਂ ਤੇਰੇ ਨਾਲ ਲੱਗਦਾ ਉਹਦੇ ਕੋਲੇ ਉਹ ਗਨ ਸੀਗੀ ਤੇ ਮਸ਼ੀਨ ਸੀਗੀ ਮੈਨੂੰ ਹੁਣ ਉਹ ਚੀਜ਼ ਚਾਹੀਦੀ ਸੀ ਫਿਰ ਅਸੀਂ ਦੋਨਾਂ ਜਾਣਿਆਂ ਨੇ ਜੋ ਵਿੱਡ ਬਿੱਡੀ ਤੇ ਉਹ ਕਹਿੰਦਾ ਵੀ ਮੈਂ ਇਹ ਨਾ ਤਾਂ ਕੋਈ ਕਲੀਅਰ ਕਲੂਅਰ ਮੈਨੂੰ ਨਹੀਂ ਪਤਾ ਇੰਨੇ ਹੈਗੇ ਮੈਂ ਕਿਹਾ ਵੀ ਇਹ ਕੰਮ ਸਾਰੇ ਮੈਂ ਕਰੂੰਗਾ ਬਸ ਤੇਰੇ ਸਾਥ ਚਾਹੀਦਾ ਵੀ ਤੇਰਾ ਵੀ ਤਰੀਆ ਮਸ਼ੀਨ ਦੀ ਚਾਹੀਦੀ ਮੈਨੂੰ ਤੇ ਅਸੀਂ ਮੋਗੇ ਗਏ ਤੇ 2000 ਦੀ ਉੱਥੋਂ ਅਸੀਂ 2500 ਦੀ ਇੱਕ ਨਵੀਂ ਗਨ ਲੈ ਆਂਦੀ ਸਪੈਸ਼ਲ ਤੇ ਫਿਰ ਲੱਗ ਗਿਆ ਉਹਦੇ ਨਾਲ ਬਸ ਆ ਰੌਲਾ ਸਾਰਾ ਸੰਦਾਂ ਦਾ ਹੀ ਹੁੰਦਾ ਬਾਈ ਆਪਣੇ ਨਾ ਪਹਿਲਾਂ ਸੰਦ ਨਹੀਂ ਮਿਲਦੇ ਸੀਗੇ ਇਹਨੇ ਤੇ ਉਹ ਜੋ ਸੰਦੇ ਸਾਰੇ ਮਿਲ ਜਾਣ ਫਿਰ ਤਾਂ ਬੰਦੇ ਮੂਰੇ ਦਾ ਕੀ ਆੜਦਾ ਯਾਰ ਤੇ ਅੱਛਾ ਉਹ ਮੋਡੀਫਾਈ ਕਰ ਲੇ ਫੇਰਾ ਮਸ਼ੀਨ ਵਾਲਾ ਪੰਗਾ ਕਦੋਂ ਲੈ ਲਿਆ ਇਹ ਬਸ ਬੈਠੇ ਸੀਗੇ ਵੀ ਝੋਨਾ ਜਾਂ ਲੱਗੀ ਜਾਂਦਾ ਸੀਗਾ ਤੇ ਫਿਰ ਮੈਂ ਕਿਹਾ ਵੀ ਜਿਹੜਾ ਨਿੱਕਾ ਟਰੈਕਟਰ ਸੀਗਾ ਉਹ ਉਹ ਸੋਣਾ ਇੰਨਾ ਬਣ ਗਿਆ ਉਹ ਕਿਸੇ ਦੇ ਪਸੰਦ ਆ ਗਿਆ ਉਹ ਕਹਿੰਦੇ ਸਾਡੇ ਨਾਲ ਵਟਾਂਦਰਾ ਕਰ ਲੋ ਅਸੀਂ ਵਟਾਂਦਰਾ ਕਰਿਆ ਤੇ ਅਸੀਂ 6500 ਨਿਊ ਹਾਲੈਂਡ ਆ ਇਹਦੇ ਨਾਲ ਵਟਾਂਦਰਾ ਕਰਦੇ ਸੀ ਜਿਹਦੇ ਨਾਲ ਵਟਾਂਦਰਾ ਕੀਤਾ ਫੇਰ ਟਰੈਕਟਰ ਵੱਡਾ ਹੋ ਗਿਆ ਇਹ ਬੈਠੇ ਬੈਠਾਂ ਤਾਂ ਇੱਕ ਮੇਰਾ ਦੋਸਤ ਆ ਉਹਦੇ ਕੋਲੇ ਮਸ਼ੀਨ ਸੀਗੀ ਉਹ ਕਹਿੰਦਾ ਇਹਦਾ ਵਧੀਆ ਕੰਮ ਜਾ ਅਸੀਂ ਚੁੱਪ ਕਰਕੇ ਪਾਲੇ ਆਪਣਾ ਮਾਂਸਾ ਤੋਂ ਲੈ ਗਿਆ ਅੱਛਾ ਟਰੈਕਟਰ ਨਾਲ ਹੀ ਤੇ ਕਿੰਨੇ ਮਹੀਨੇ ਹੋ ਗਏ ਆ ਸੀਜ਼ਨ ਲਾਉਣ ਦੇ ਨੂੰ ਬਈ ਇਹ ਵੀ ਬਈ ਪਹਿਲਾਂ ਅਸੀਂ ਜਲੰਧਰ ਨਹੀਂ ਪਾ ਗਏ ਮੇਰਾ ਦੋਸਤ ਦਾ ਮੁੰਡਾ ਉਹਦੀ ਆ ਦੀ ਡੇਰੀ ਫਾਰਮ ਉਦੋਂ ਬਾਅਦ ਤੇ ਮਹੀਨੇ ਵਾਂਗੂ ਇੱਥੇ ਹੋ ਗਿਆ ਹੁਣ 20 ਦਿਨ ਚੱਲੇ ਜਾਂਦੇ ਨੇ ਅੱਛਾ ਪੂਰਾ ਸੀਜ਼ਨ ਘੈਂਟ ਲੱਗਿਆ ਤੇਰਾ ਆ ਸੀਜ਼ਨ ਲੱਗਿਆ ਬਈ ਕਿਰਪਾ ਬਾਬੇ ਦੀ ਬਸ ਬਾਕੀ ਨਿਆਰੇ ਹੈ ਨਾ ਸੀਜ਼ਨ ਦਾ ਤਾਂ ਪੈਸੇ ਵਾਲਾ ਪਾਸਾ ਤਾਂ ਹੈ ਹੀ ਨਹੀਂ ਵੈਸੇ ਪਰ ਨਿਆਰੇ ਭਰਾਵਾ ਤੂੰ ਕਹਿ ਰਿਆਂ ਇਹ ਸਭ ਤੋਂ ਮਤਲਬ ਸਾਡੇ ਵਾਲਾ ਤਾਂ ਸ਼ਿਮਲੇ ਕੰਨੀ ਨੂੰ ਭਾਜ ਜਾਂਦੇ ਜਦੋਂ ਮੌਕਾ ਮਿਲ ਜਾਏ ਇੱਥੋਂ ਵੀ ਇੱਥੇ ਗਰਮੀ ਬਹੁਤ ਆ ਤਾਂ ਪਾਏ ਪਏ ਆ ਪਰ ਉਹੀ ਚੀਜ਼ ਹੈ ਨਾ ਬਾਈ ਜਦੋਂ ਹੁਣ ਆਸਟ੍ਰੇਲੀਆ ਅਜ ਅਸੀਂ ਰਹਿ ਗਏ ਆਏ ਆ ਆਸਟ੍ਰੇਲੀਆ ਦਾ ਜਿਹੜਾ ਟੈਂਪਰੇਚਰ ਹੀ 45 50 ਦੇ ਜਾਵਣ ਦਾ ਜਿਹੜਾ ਠੀਕ ਹੈ ਉੱਥੇ ਮੀਂਹ ਪੈ ਜਾਂਦਾ ਪਰ ਸਾਨੂੰ ਕੋਈ ਫਰਕ ਨਹੀਂ ਲੱਗਦਾ ਮੈਨੂੰ ਤਾਂ ਇਹੀ ਲੱਗਦਾ ਵੀ ਠੀਕ ਆ ਇੱਕ ਜਿਹੋ ਜਿਹਾ ਆਸਟ੍ਰੇਲੀਆ ਫਿਰਦੇ ਜਿਹੋ ਜਿੱਥੇ ਫਿਰਦੇ ਆ ਜਦੋਂ ਤੁਸੀਂ ਗਏ ਸੀ ਇੱਥੇ ਹਾਂਜੀ ਵੀਰੇ ਤੇ ਜਿਹੜੇ ਹੁਣ ਜਿਹੜਾ ਬਾਈ ਮੇਰੇ ਸਾਹਮਣੇ ਬੈਠਾ ਹਨਾ ਜਿਹੜਾ ਇਨਸਾਨ ਸਮੇਂ ਦੇ ਨਾਲ ਬਾਈ ਬੰਦਾ ਸਿੱਖਦਾ ਬਦਲਦਾ ਇਹਦੇ ਚ ਕੀ ਫਰਕ ਆ ਕੀ ਜੇ ਇੱਥੋਂ ਵਾਲਾ ਹੀ ਮੁੰਡਾ ਉਹ ਹੁੰਦਾ ਉਹ ਵੀ ਐਂ ਮਿਹਨਤ ਕਰਦਾ ਜਾਂ ਆਸਟ੍ਰੇਲੀਆ ਤੋਂ ਕੁਝ ਸਬਕ ਜਾਂ ਕੋਸ਼ਿਸ਼ ਸਿੱਖਿਆ ਹੀ ਇਹ ਜੀ ਆ ਵਰਕ ਕਲਚਰ ਜਿਵੇਂ ਲੋਕ ਕਹਿੰਦੇ ਆ ਵੀ ਉੱਥੇ ਯਾਰ ਕੰਮ ਦਾ ਹੀ ਮੁੱਲ ਹੈ ਇੱਕ ਹੀ ਚੀਜ਼ ਆ ਤੁਹਾਡਾ ਤੁਹਾਡੇ ਹੱਡਾਂ ਦਾ ਤੁਹਾਡੇ ਰੰਗ ਦਾ ਤੁਹਾਡੇ ਨਾਂ ਦਾ ਕੋਈ ਮੁੱਲ ਨਹੀਂ ਉਹ ਚੀਜ਼ ਕਰਕੇ ਵੀ ਕੋਈ ਫਰਕ ਨੇ ਭਾਈ ਕੰਮ ਦਾ ਪਹਿਲਾਂ ਤੋਂ ਹੀ ਕਰਦੇ ਸੀਗੇ ਪਰ ਉੱਥੇ ਜਾ ਕੇ ਥੋੜੀ ਜਿਹੀ ਨੌਲੇਜ ਵਧੀ ਜਿਵੇਂ ਵੀ ਮਸ਼ੀਨਰੀ ਬਾਰੇ ਠੀਕ ਹੈ ਨਾ ਉਹਦੀ ਕੇਅਰ ਟੇਕ ਕਿਵੇਂ ਕਰਨੀ ਆ ਪਹਿਲਾਂ ਸੀਗਾ ਜੇ ਮੈਂ ਤੁਹਾਨੂੰ ਪੁਰਾਣੀਆਂ ਫੋਟੋਆਂ ਦਿਖਾਉਂਦਾ 911 ਦੀਆਂ ਚਲਾਉਂਦਾ ਤਾਂ ਪਹਿਲਾਂ ਵੀ ਮੈਂ ਹੀ ਸੀ ਹੁਣ ਜਦੋਂ ਉੱਥੇ ਗਏ ਆ ਉੱਥੇ ਜਿਵੇਂ ਮਾੜਾ ਮੋਟਾ ਆਪਣਾ ਵੀ ਰੈਕਰਾਂ ਦਾ ਸੀਗਾ ਉੱਥੇ ਗੱਡੀਆਂ ਮੋਡੀਫਾਈ ਕਰਨ ਦਾ ਸ਼ੌਂਕ ਪੈ ਗਿਆ ਠੀਕ ਹੈ ਨਾ ਉਹ ਚੀਜ਼ਾਂ ਇੱਥੇ ਆ ਗਈਆਂ ਇੱਥੇ ਹੁਣ ਜਦੋਂ ਵੇਂਦੇ ਸੀ ਵੀ ਫਲਾਣੇ ਨੇ ਟਰੈਕਟਰ ਤੇ ਲੱਖ ਲਾਦਾ ਜੀ ਫਲਾਣੇ ਨੇ 2 ਲੱਖ ਲਾਦਾ ਜੀ ਉਹ ਚੱਲੀ ਗਿਆ ਮੈਂ ਸਾਰੋਂ ਪਤਾ ਕੀਤਾ ਵੀ ਸਵੱਦੀ ਗਲਾਂ ਸੀ 59 ਗਰਾਂ ਤਿਆਰ ਕਰਦਾ ਉਹ 2 ਲੱਖ ਰੰਗ ਦੇ ਮੰਗ ਕੇ ਬਹਿ ਗਿਆ ਠੀਕ ਹੈ ਨਾ 1.5 ਲੱਖ ਕੋਈ 3 ਲੱਖ ਮੰਗੀ ਜਾਂਦਾ ਅਸੀਂ ਚੁੱਪ ਕਰ ਗਿਆ ਆਪੀ ਵੜ ਲਿਆ ਫਿਰ ਆ ਪਰ ਇੰਨੇ ਪੈਸੇ ਕਾਹਨੂੰ ਦੇਣੇ ਐਡਾ ਤਾਂ ਨਹੀਂ ਤੇ ਆਪ ਕਿੰਨੇ ਚ ਹੋ ਗਿਆ ਆਪ ਤਾਂ ਸਾਡਾ 30000 ਰੁਪਈਆ ਲੱਗਿਆ ਰੰਗ ਰੰਗ ਦੇ ਗੱਲੇ ਦਾ ਉੱਠੇ ਅਰਗਾ ਕੋਣ ਆ ਕਿੱਥੇ 2 ਲੱਖ ਕਿੱਥੇ 30 ਹਜ਼ਾਰ ਬਾਈ ਹਾਂਜੀ ਹਾਂਜੀ ਰੰਗ ਦੇ ਬਾਈ ਉਹ ਮੰਗੀ ਜਾਂਦੇ ਸਾਡਾ ਦੋਨਾਂ ਟਰੈਕਟਰਾਂ ਦਾ ਰੰਗ ਦਾ ਠੀਕ ਹੈ 10000 ਰੁਪਏ ਲੱਗਾ ਬਾਕੀ ਉਹ ਮੁੰਡੇ ਨੂੰ ਦਿੱਤੇ ਸੀਗੇ ਚੱਲ ਵੀ 13 ਦਾਣ ਉਹ ਲੱਗ ਗਿਆ ਵਿਚਾਰਾ ਉਹਨੂੰ 500 ਰੁਪਏ ਦੇ ਹਿਸਾਬ ਨਾਲ ਦਿਹਾੜੀ ਉਹਨੂੰ ਦਿੱਤੀ ਉਹ ਵੀ ਖੁਸ਼ ਹੋ ਗਿਆ ਗਨ ਨੂੰ ਫ੍ਰੀ ਦਿੱਤੀ ਵੀ ਜੇ ਤੂੰ ਕੰਮ ਹੈਗਾ ਇੱਥੇ ਪੰਜਾਬ 'ਚ ਵੀ ਕੰਮ ਹੀ ਕਰੀ ਜਾਂਦੇ ਹਾਂ ਮੈਂ ਤਾਂ ਹੀ ਤਾਂ ਪੁੱਛਣਾ ਕਈ ਵਾਰੀ ਪਤਾ ਤਾਂ ਆਪਾਂ ਨੂੰ ਵੀ ਹੁੰਦਾ ਜਵਾਬ ਆ ਪਰ ਪਤਾ ਪੁੱਛਦੇ ਆ ਵੀਰ ਲੋਕ ਜਾਣ ਸਕਣਾਂ ਕਿਉਂਕਿ ਬਹੁਤ ਬਰੀ ਸਾਡੇ ਜਿਹੜੇ ਸਾਡੀ ਪੀੜ੍ਹੀ ਆ ਉਹਨੂੰ ਲੱਗਦਾ ਵੀ ਯਾਰ ਇੱਥੇ ਤਾਂ ਕੁਛ ਹੈ ਹੀ ਨਹੀਂ ਇੱਥੇ ਤਾਂ ਕੰਮ ਹੀ ਨਹੀਂ ਹਰ ਮੁਲਕ ਸੋਹਣਾ ਜਿੱਥੇ ਸਾਨੂੰ ਬਿਹਤਰ ਜ਼ਿੰਦਗੀ ਮਿਲਦੀ ਹੈ ਬੰਦਾ ਜਾਊਗਾ ਹੀ ਉਹਨੂੰ ਰੋਕਿਆ ਨਹੀਂ ਜਾ ਸਕਦਾ ਬੰਦੇ ਨੇ ਚੰਗੀ ਜ਼ਿੰਦਗੀ ਲੱਭਣੀ ਆ ਉਹਦਾ ਹੱਕ ਆ ਪਰ ਜੇ ਕਿਸੇ ਦਾ ਨਹੀਂ ਬਣ ਰਿਹਾ ਤਾਂ ਆਪਾਂ ਇਹ ਵੀ ਗੱਲ ਕਰਗੇ ਨਾ ਵੀ ਯਾਰ ਇੱਥੇ ਕੁਛ ਹੈਗਾ ਜੇ ਕਿਸੇ ਦਾ ਨਹੀਂ ਬਾਹਰ ਬਣਦਾ ਉਹ ਇੱਥੇ ਕੁਛ ਕਰ ਸਕਦਾ ਕਿ ਨਹੀਂ ਕਰ ਸਕਦਾ ਬਈ ਬਹੁਤ ਗੋਹਾ ਕਰਨ ਨੂੰ ਪਹਿਲਾਂ ਇੱਥੇ ਹੀ ਸੀਗੇ ਚਲੋ ਵਧੀਆ ਬਣੀ ਆ ਆਪਾਂ ਬਾਹਰ ਚੱਲ ਗਏ ਆਪਾਂ ਤਾਂ ਹੁਣ ਵੀ ਹੈਪੀ ਆ ਜੇ ਲਾਕਡਾਊਨ ਚ ਵੀ ਇੱਥੇ ਫਿਰਦੇ ਆ ਵਧੀਆ ਆਦਾ ਹੁਣ 60 ਕਿੱਲੇ ਝੋਨੇ ਦੇ ਨੇ ਲੱਗੇ ਪਏ ਆ ਨਾਲ ਆਹ ਚੱਲੀ ਜਾਂਦੀ ਆ ਇਹ ਆ ਜੇ ਫਨ ਚੱਲੇ ਵੀ ਬੇਲੇ ਫਿਰਦੇ ਆ ਹੁਣ ਕੰਮ ਸਾਰਾ ਸੰਭਿਆ ਹੋਇਆ ਝੋਨੇ ਵਾਲਾ ਅੱਛਾ 60 ਕਿੱਲੇ ਝੋਨਾ ਵੀ ਉਹ ਵੀ ਫਿਰ ਨਾਲ ਪੂਰਾ ਹੈ ਜਟੇ ਉਹ ਵੀ ਚੱਲੀ ਜਾਂਦਾ ਠੀਕ ਆ ਨਾ ਮਸ਼ੀਨ ਹਜੇ ਰੋਕ ਕੇ ਛੱਡੇ ਆ ਆਪਣੀ ਉਹਦੇ ਤੋਂ ਬਰਸੀਮ ਆ ਆ ਸਾਡੇ ਪੰਡ ਬਰਸੀਮ ਲੱਗਦਾ ਐ ਕਿ 500 ਕਿੱਲਾ ਸੀ ਆਪਦੇ ਸੀਗੇ 12 13 ਕਿੱਲੇ ਬਰਸੀਮ ਦੇ ਪੱਤਲਪੇੜ ਤਾਂ ਨਹੀਂ ਪਈ ਉਹਨੇ ਨੂੰ ਅਜਾ ਨਾ ਨਾ ਹਜੇ ਕਿੱਥੇ ਵੀਰੇ ਅਜੇ ਤਾਂ ਗਿਆ ਹੀ ਨਹੀਂ ਉੱਥੇ ਹਾਂ ਹੁਣ ਤਾਂ ਹਜੇ ਮਤਲਬ ਮੀਂਹ ਜੇ ਦਾ ਬੱਦਲ ਜੇ ਹੋਗੇ ਹੁਣ ਹੋ ਜੂਗੀ ਨਹੀਂ ਹੋ ਜਾਣੀ ਐ ਬਸ ਕੋਈ ਨਹੀਂ ਉਹ ਸੜਤੀ ਕੋਲੋ ਪਹਿਲਾਂ ਹੀ ਲੀਟਰ ਲੀਟਰ ਮਾਰੀ ਪੱਤਲਪੇੜ ਨੇੜੇ ਨਹੀਂ ਆਉਂਦੀ ਇਹ ਗੱਲਾਂ ਥੋੜੀਆਂ ਹੀ ਆ ਟੈਕਨੀਕਲ ਆ ਜੇ ਤੁਸੀਂ ਸ਼ਹਿਰ ਚੋਂ ਤਾਂ ਤੁਹਾਡਾ ਮਾਫ ਕਰਿਓ ਕਦੇ ਵਾਹ ਨਹੀਂ ਪਿਆ ਹੋਣਾ ਇਹ ਗੱਲਾਂ ਨਾ ਪੱਤਲਪੇੜ ਵਲੇ ਜਿਹੜੀ ਲੰਬੜਾ ਕਰਦੇ ਆ ਤੇ ਜੇ ਉਹ ਤੁਹਾਡੇ ਪਿੰਡੇ-ਪੁੰਡੇ ਤੇ ਡੁੱਲੀ ਹੋਵੇ ਕਦੇ ਤੇ ਫਿਰ ਜਿਹੜਾ ਤੁਹਾਨੂੰ ਪਰਮਾਨੰਦ ਦੀ ਅਵਸਥਾ ਬਾਰੇ ਬਹੁਤ ਕੁਝ ਪਤਾ ਹੋਊਗਾ ਫਿਰ ਰਾਤ ਨੂੰ ਤੁਸੀਂ ਕਿਵੇਂ ਪਿੰਡਾ ਖੁਰਕਦੇ ਹੋ ਤੇ ਚੰਗਿਆੜਾ ਮਾਰਦੇ ਹੋ ਰਾਤ ਨੂੰ ਪਏ ਵੀ ਇਦੂ ਮੁੜ ਕੇ ਨਹੀਂ ਜਦੇ ਪੰਗਾ ਲੈਂਦੇ ਹਨਾ ਤਾਂ ਔਕਾ ਤਾਂ ਹੈਗਾ ਮਤਲਬ ਇਹ ਇਹ 'ਚ ਤਾਂ ਕੋਈ ਸ਼ੱਕ ਨਹੀਂ ਅੱਛਾ ਤੁਹਾਨੂੰ ਮੈਨੂੰ ਇਹ ਦੱਸੋ ਵੀ ਇਹ ਫੋਟੋਗ੍ਰਾਫੀ ਵਾਲਾ ਨਾਲ ਇਹ ਕਿਵੇਂ ਆ ਫੁੱਲਾਂ-ਫੱਲਾਂ ਦੀਆਂ ਫੋਟੋ ਮੈਂ ਤੁਹਾਡੀ ਆਈਡੀ ਤੇ ਦੇਖੀਆਂ ਉਹ ਬਾਬਾਈ ਮੈਨੂੰ ਬਾਈ ਬਰਗਾੜੀ ਨੇ ਵੀ ਦਿਖਾਈਆਂ ਸੀ ਅਸਲ ਮੈਂ ਨਾ ਬਾਈ ਉਥੇ ਮੇਰਾ ਇੱਕ ਦੋਸਤ ਸੀਗਾ ਅਸੀਂ ਕੰਮ ਕਰਨ ਲੱਗੇ ਟੈਲੀਫੋਨ ਡਿਪਾਰਟਮੈਂਟ ਚ ਅੱਛਾ ਲੋਕਾਂ ਦੇ ਘਰੇ ਨੈਟ ਲਾਉਣ ਦਾ ਠੀਕ ਹੈ ਜੀ ਅਸੀਂ ਥੋੜੀ ਲਾਈਨ ਚੇਂਜ ਕਰ ਲਈ ਉਹ ਗੋਰਿਆਂ ਵਾਲਾ ਦਿਮਾਗ ਵੀ ਕੋਈ ਆਹ ਚੀਜ਼ ਸਾਨੂੰ ਕਹਿੰਦਾ ਜੇ ਤੁਸੀਂ ਸਿੱਖ ਸਕਦੇ ਤੁਸੀਂ ਕਿਉਂ ਨਹੀਂ ਕਰਦੇ ਹਾਂਜੀ ਉਹ ਜਦੋਂ ਅਸੀਂ ਕਿਸੇ ਦੇ ਘਰੇ ਨੈਟ ਲਾਉਂਦੇ ਸੀਗੇ ਤੇ ਉਹਨੂੰ ਐਕਟੀਵੇਟ ਕਰਦੇ ਉਹ ਘੱਟੋ ਘੱਟ 15-20 ਮਿੰਟ ਲੱਗ ਜਾਂਦਾ ਸੀ ਹੁਣ ਗੋਰੇ ਇਹ ਚੀਜ਼ਾਂ ਨੂੰ ਇੰਨਾ ਪਿਆਰ ਕਰਦੇ ਵੀ ਇੱਕ ਗੋਰੇ ਦੇ ਘਰੇ ਹੀ ਘੱਟੋ ਘੱਟ ਵੀ 20-25 ਕਿਸਮਾਂ ਦੇ ਫੁੱਲ ਲੱਗੇ ਹੁੰਦੇ ਸੀ ਹਮ ਸਹੀ ਆ ਕੀੜਾ ਦਾ ਮਾੜਾ ਮੋਟਾ ਸੀਗਾ ਰਹਿੰਦੀ ਹੁੰਦੀ ਬਾਬੇ ਨੇ ਕਿਰਪਾ ਕਰਤੀ ਆ ਤੇ ਦੰਦੀ ਵੱਡੀ ਵਾਲੇ ਫੋਨ ਸੀਗੇ ਕੋਲੇ ਐਪਲ ਵਾਲੇ ਮਹੰਗੇ ਫੋਨ ਮਹੰਗੇ ਫੋਨ ਇਹਨਾਂ ਦੇ ਨਾਲ ਉਹ ਫੋਟੋ ਖਿੱਚਣ ਦਾ ਥੋੜਾ ਜਿਹਾ ਸਵਾਦ ਵੱਖਰਾ ਹੀ ਆਉਂਦਾ ਤੇ ਉਹ ਫੋਟੋ ਖਿੱਚ ਕੇ ਫਿਰ ਉੱਥੋਂ ਬਸ ਇੱਕ ਹੀੜਾ ਵੀ ਨਿਕਲਿਆ ਵੀ ਚੱਲ ਯਾਰ ਅ ਵੀ ਫੋਟੋਆਂ ਕਰਦੇ ਆ ਉਹ ਜਦੋਂ ਐਕਟੀਵੇਸ਼ਨ ਕਰਨੀ ਦੀ ਜੋ 20 ਮਿੰਟ ਉਹ ਟਾਈਮ ਹੁੰਦਾ ਸੀ ਤੇ ਹਰ ਰੋਜ਼ ਘੱਟੋ ਘੱਟ ਵੀ 5-6 ਘਰਾਂ ਤੇ ਜਾਣਾ ਨਵੀਆਂ ਲੋਕੇਸ਼ਨਾਂ ਤੇ ਨਵੇਂ ਥਾਵਾਂ ਤੇ ਜਾਣਾ ਤੋ ਤੁਹਾਡੇ ਕੋਲ ਇੰਨੀ ਕੀ ਫੋਟੋਗ੍ਰਾਫੀ ਹੁੰਦੀ ਫਿਰ ਉਹ ਚੀਜ਼ ਨਿਕਲਦੀ ਨਿਕਲਦੀ ਜਦੋਂ ਫਿਰ ਮੈਂ ਟਰੈਵਲ ਬਹੁ ਕੀਤੀ ਐ ਮੈਨੂੰ ਆਪਣਾ ਆਸਟ੍ਰੇਲੀਆ ਚ ਬਾਈ ਰੋਡ ਅੱਛਾ ਜੀ ਤੇ ਫਿਰ ਉਹ ਟਰੈਵਲ ਕਰਦੇ ਜੇ ਸਿਡਨੀ ਜਾਣੇ ਆ ਫਿਰ ਉਹ ਕੋਈ ਰਾਹ ਚ ਆ ਗਿਆ ਜਾਂ ਐਡੀਲੇਡ ਜਾਣੇ ਆ ਬ੍ਰਿਸਬਨ ਜਾਣੇ ਆ ਤਾਂ ਫਿਰ ਰਾਹ ਦੀਆਂ ਸੀਗੀਆਂ ਜਾਂ ਉੱਥੇ ਇੱਕ ਗ੍ਰੇਟ ਓਸ਼ਨ ਰੋਡ ਆ ਮੈਲਬਨ ਚ ਬਹੁਤ ਕੁਝ ਆ ਦੇਖਣ ਨੂੰ ਫੋਟੋਗ੍ਰਾਫੀ ਲਈ ਵੀ ਬਹੁਤ ਕੁਝ ਆ ਬਸ ਉੱਥੋਂ ਹੀ ਫਿਰ ਇਹ ਚੀਜ਼ਾਂ ਦਾ ਨਾਲੇ ਨਾਲ ਚੱਲੀ ਜਾਂਦਾ ਇੱਥੇ ਆ ਕੇ ਹੁਣ ਇੱਥੇ ਵੀ ਤੁਰੇ ਜਾਂਦੇ ਖਿੱਚ ਲਈ ਇੱਥੇ ਕੋਈ ਦਿਸਲ ਦੇ ਦੇ ਸੀ ਤੁਹਾਨੂੰ ਬੱਤ ਪਖੜੇ ਦੇ ਫੁੱਲ ਖੜੇ ਆ ਆਪਣੇ ਵੀ ਬਥੇਰੇ ਸੋਹਣੇ ਆ ਬਥੇਰੇ ਅਗਰੀ ਦੇ ਸੋਹਣੇ ਆ ਕਦੇ ਦੇਖਿਓ ਤਾਂ ਵੀ ਉਹ ਜਿਹੜਾ ਤੁਹਾਡਾ ਬਾਹਰ ਦਾ ਸਫਰ ਆ ਹਨਾ ਉਹਦਾ ਵੀ ਇੱਧਰ ਰੋਲ ਰਿਹਾ ਚਾਹੇ ਫੋਟੋਗ੍ਰਾਫੀ ਆ ਟਰੈਕਟਰ ਮੈਂ ਕਹਣਾ ਥੋੜਾ ਜਿਹਾ ਨੰਗ ਜਾਣਦਗੇ ਬਾਈ ਇਹਨੇ ਖੜਕਾ ਬਾਵਾ ਕਰਨਾ ਚਲੋ ਹੁਣ ਇਹ ਰੋਕੇ ਨਹੀਂ ਜਾ ਸਕਦੇ ਹੁੰਦੇ ਆ ਕੰਮ ਜੇ ਉਹ ਟੱਪ ਜਾ ਭਰਾਵਾ ਟੱਪ ਜਾ ਕੋਈ ਗੱਲ ਨਹੀਂ ਇਹਨੇ ਜਾਣਾ ਹੀ ਆ ਮੈਂ ਤਾਂਹੀਂ ਥੋੜਾ ਜਿਆ ਰੁਕ ਗਿਆ ਸੀ ਮਾਹ ਵੀ ਹੁਣ ਟਰੈਕਟਰ ਆਇਆ ਇਹਨੂੰ ਵੀ ਟੱਪਣਾ ਹੀ ਆ ਵਿਚਾਰੇ ਨੇ ਹੁਣ ਆ ਇਹਨੂੰ ਨਹੀਂ ਨਾ ਪਤਾ ਵੀ ਇੰਟਰਵਿਊ ਕਰਨੇ ਅਗਲੇ ਨੇ ਤਾਂ ਚਾਰ ਪੌਣਾ ਜਾ ਕੇ ਹਮ ਕਰਕੇ ਦਾ ਫੋਨ ਲਾਈ ਜਾਂਦਾ ਵੀ ਹੈ ਕਿੱਥੇ ਆ ਤੁਸੀਂ ਮੱਕੀ ਵਾਲਾ ਕੰਮ ਵੀ ਲੋਟ ਆਉਂਦਾ ਹੈ ਨਾ ਨੇ ਨਿਆਰੇ ਆ ਬਾਈ ਉੱਤੇ ਬਹਿ ਕੇ ਵੇਖਦੇ ਅੱਧਾ ਕਿ ਘੰਟਾ ਉਹਦੇ ਤੇ ਹਾਂ ਪੂਰਾ ਹੀ ਪੂਰਤਾ ਪੈਣੀ ਹੈ ਇਹੇ ਜੀ ਭੂਰ ਕਿੱਥੇ ਪੈਣੀ ਹੈ ਤਾਂ ਬਸ ਤੂੜੀ ਦਾ ਸੀਜ਼ਨ ਆਉਣਾ ਸੌਖਾ ਇਹਦੇ ਨੂੰ ਸੌਖਾ ਹਾਲਾਂਕਿ ਕੰਡ ਬਹੁਤ ਹੁੰਦੀ ਹੈ ਪਰ ਇਹਦੇ ਨੂੰ ਸੌਖਾ ਕਿਉਂਕਿ ਇਹ ਚ ਮੁੜਕਾ ਵੀ ਨਾਲ ਹੈ ਇਹ ਤਾਂ ਬਈ ਤੂੰ ਜੋ ਦਿਨ ਤੇ ਕਹਿੰਦਾ ਪੈਰ ਨਹੀਂ ਲੱਗਦਾ ਕਿਹਦੇ ਪਾਸੇ ਇਹ ਚ ਬੂਟਾ ਤਾਂ ਬਿਨਾ ਚੱਲਦਾ ਨਹੀਂ ਇਹ ਤਾਂ ਪਿਆ ਹੀ ਹੁੰਦਾ ਸਾਰੇ ਪਾਸੇ ਅੱਛਾ ਤੇ ਹੁਣ ਵਾਪਸ ਕਦੋਂ ਜਾਣਾ ਕਿਤੇ ਜਦੋਂ ਆਸਟ੍ਰੇਲੀਆ ਤਾਂ ਤੇ ਚਲੋ ਵੱਖਰੀ ਗੱਲ ਹੈ ਹੁਣ ਉਹ ਤਾਂ ਸਰਕਾਰ ਤੇ ਅਭੀ ਕਦੋਂ ਖੋਲਦੀ ਆ ਅਮਰੀਕਾ ਤਾਂ ਲਗਭਗ ਮੇਰੇ ਖਿਆਲ ਚ ਖੁੱਲਣ ਵਾਲਾ ਸਭ ਜਿਹਾ ਹੀ ਬੰਦਾ ਜਾਂਦਾ ਉਹਦਾਵਾ ਕੋਈ ਨਹੀਂ ਮਾਲਕ ਦੇ ਹੱਥਾ ਉਹਦੇ ਤੇ ਛੱਡ ਗਿਆ ਹੋਇਆ ਜੇ ਫਿਰ ਮੰਨ ਲਓ ਹਜੇ ਉਹਨੂੰ ਸਾਲ ਲੱਗ ਗਿਆ ਤੇ ਸਾਲ ਫਿਰ ਇੱਧਰ ਕੰਮਾਂ ਹੀ ਖੜ ਫਰਮਾਨ ਆਂਦਾ ਹੁਣ ਜਿੱਦੇ ਕੰਮ ਨੱਬੜ ਗਏ ਹੁਣ ਮੇਰੇ ਨਾਲ ਦੇ ਸੀਗੇ ਜਿੱਦੇ ਵਿਹਲੇ ਹੁੰਨੇ ਥੋੜਾ ਜਿਹਾ ਵੀਕੈਂਡ ਤੇ ਝੋਲਾ ਚੱਕੀ ਦਾ ਬਾਬੇ ਦੇ ਅਮਰਸਰ ਵੱਜੀ ਦਾ ਸ਼ਾਮ ਨੂੰ ਜਾਈਦਾ ਤੜਕਿਓ ਆ ਜਾਈਦਾ ਨਾਲੇ ਬਾਬਾ ਖੁਸ਼ ਨਾਲੇ ਆਪ ਖੁਸ਼ ਫੇ ਤੜਕਿਓ ਕੇ ਫੇਰ ਆਪਦੇ ਕੰਮ ਨੂੰ ਫਿਰਦੇਆਂ ਕੋਈ ਨਹੀਂ ਚੱਕਰੀ ਨਹੀਂ ਗੀਰਿਆਸ ਕਰ ਰਹੇ ਇਹ ਤਾਂ ਘੁੰਮਲੇ ਕਿਤੇ ਉਹਨਾਂ ਨੂੰ ਇਹ ਤਾਂ ਬਾਈ ਭਗਵੰਦਰ ਨੂੰ ਪੁੱਛ ਲਾ ਵੀ ਪੁੱਛ ਲਿਓ ਕਿਤੇ ਬਰਗਾੜੀ ਵਾਲਿਆਂ ਨੂੰ ਉਹਨਾਂ ਕੋਲੇ ਦੋ ਇੱਕ ਦੋ ਵਾਰ ਵੀ ਗਿਆ ਹੁਣ ਮੈਂ ਤਾਂ ਭੱਜਦੇ ਨਹੀਂ ਤਾਂ ਭਗਤਾ ਪਿੰਡ ਭਗਤਾ ਪਿੰਡ ਬਸ ਐਂ ਪਣਖ ਵਾਂਗੂ ਚੱਲੀ ਜਾਂਦੇ ਮੁੱਢ ਖਾਸੇ ਪੈਸੇ ਇਕੱਠੇ ਕਰੂਗਾ ਸਕੀਆਂ ਵਾਲੇ ਕਹਿੰਦੇ ਹੋਣੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਗੱਲ ਦਾ ਸਾਰ ਸਮਝੀਏ ਸਮਝੋ ਵੀ ਸਾਰੇ ਅਭੀਰ ਕਿਰਤ ਜਿਹਦੀ ਗੱਲ ਕਰਦੇ ਸੀ ਜਿਹੜਾ ਸਾਡਾ ਅਸਲ ਸਰਮਾਇਆ ਕੀ ਆ ਯਾਰ ਪੰਜਾਬੀਆਂ ਦਾ ਸਾਡੇ ਕੋਲੇ ਕਿਰਤ ਦਾ ਸਿਧਾਂਤ ਆ ਅਸੀਂ ਜਿੰਨਾ ਟੁੱਟਾਂਗੇ ਨਾ ਜਿੰਨਾ ਇਹਦੇ ਨੂੰ ਟੁੱਟਣਾ ਸੀ ਓਨੇ ਖੱਜਲ ਹੋਣਾ ਤੇ ਉਹਨਾਂ ਪੰਜਾਬ ਦੀ ਬਰਬਾਦੀ ਦਾ ਮੁੱਢ ਹੋਰ ਵੱਜਦਾ ਜਾਣਾ ਤਾਂ ਇਹਦੇ ਨਾਲ ਜੁੜ ਗਏ ਬਾਈ ਨੇ ਇੱਕ ਬਹੁਤ ਸੋਹਣੀ ਐਗਜ਼ੈਂਪਲ ਸੈੱਟ ਕਰੀ ਆ ਆਕੇ ਮਹਿੰਗੀ ਗੱਡੀ ਲੈ ਕੇ ਕੋਈ ਇੱਥੇ ਸੈਕੰਡ ਹੈਂਡ ਵਧੀਆ ਮਿਲ ਜਾਂਦੀਆਂ ਜਿਵੇਂ ਕਈ ਲੋਕ ਕਰਦੇ ਆ ਤੇ ਵੱਡੇ ਗਿੜੇ ਲੱਗ ਸਕਦੇ ਸੀ ਹਰ ਇੱਕ ਸਕਰੀ ਚ ਜਾਂਦਾ ਅਗਲਾ ਵੀ ਕਹਿੰਦਾ ਮੁੰਡਾ ਬਾਹਰੋਂ ਆਇਆ ਬਾਈ ਚੰਗੀ ਪਿਆਇਓ ਤਾਂ ਚਾਹ ਵਗੈਰਾ ਇਹ ਵੀ ਕਰ ਸਕਦਾ ਸੀ ਪਰ ਫਿਰ ਵੀ ਉਹਨੇ ਮਿਹਨਤ ਚੁਣੀ ਇਹ ਉਹਦਾ ਇਹ ਉਹਦੀ ਹਿੰਮਤ ਆ ਉਹਦੀ ਤਾਕਤ ਆ ਤੁਹਾਡਾ ਬਹੁਤ ਬਤਾਂਨ